ਹੁਸ਼ਿਆਰਪੁਰ ਦੇ ਵਾਰਡ ਨੰਬਰ 49 ਦੇ ਸਾਬਕਾ ਕਾਉਂਸਲਰ ਸਰਬਜੀਤ ਸਿੰਘ ਦੇ ਘਰ ਵਿੱਚ ਚੋਰ ਵੱਲੋਂ ਚੋਰੀ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਘਰ ਦੇ ਅੰਦਰ ਚੋਰ ਦਾਖਲ ਹੋ ਗਿਆ, ਜਿਸ ਦੇ ਬਾਰੇ ਸਭ ਤੋਂ ਪਹਿਲਾਂ ਉਸ ਦੇ ਬੇਟੇ ਨੂੰ ਪਤਾ ਚੱਲਿਆ। ਉਸ ਤੋਂ ਬਾਅਦ ਉਸਨੇ ਇਸ ਬਾਰੇ ਉਹਨਾਂ ਨੂੰ ਦੱਸਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਜਾਗਣ ਤੇ ਚੋਰ ਫਰਾਰ ਹੋ ਗਿਆ ਤੇ ਚੋਰ ਦੀ ਇਹ ਪੂਰੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਮੌਕੇ ਤੇ ਪਹੁੰਚੇ ਭਾਜਪਾ ਦੇ ਉਪਪ੍ਰਧਾਨ ਸੁਰੇਸ਼ ਭਾਟੀਆ ਬਿੱਟੂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਜਲਦ ਤੋਂ ਜਲਦ ਨਕੇਲ ਕਸੀ ਜਾਵੇ। ਸਰ, ਸਾਡੇ ਵੱਡੇ ਭਾਅ ਜੀ ਸਰਬਜੀਤ ਭਾਅ ਜੀ, ਕੌਂਸਲਰ ਸਾਹਿਬ, ਸਾਡੇ ਐਕਸ ਸਾਹਿਬ, ਸਰ ਇਹਨਾਂ ਦੇ ਘਰ ਨਾ ਰਾਤੀ ਕੋਈ 11:03 'ਤੇ ਕੋਈ ਅਣਪਛਾਤਾ ਵਿਅਕਤੀ, ਚੋਰ ਜਿਹਨੂੰ ਕਹਿ ਸਕਦੇ, ਪੱਕਾ ਚੋਰ ਸੀਗਾ ਕੋਈ, ਉਹ ਇਹਨਾਂ ਦੇ ਅੰਦਰ ਗਿਆ। ਇੱਥੋਂ ਕੰਧ ਟੱਪ ਕੇ ਉਹਨੇ ਕੈਮਰੇ ਦੀ ਤਾਰ ਵੀ ਕੱਟੀ, ਪਲੱਸ ਉਹ ਅੰਦਰ ਐਂਟਰੀ ਕਰ ਗਿਆ। ਐਂਟਰੀ ਕਰਨ ਦੇ ਬਾਵਜੂਦ ਇਹਨਾਂ ਦਾ ਬੱਚਾ ਤਕਰੀਬਨ ਜਾਗ ਰਿਹਾ ਸੀ। ਉਹ ਜਾਗਦੇ ਅਨੁਸਾਰ ਉਹਨਾਂ ਨੂੰ ਕੋਈ ਜਿਹੜਾ ਉਹ ਦੇਖਿਆ, ਉਹਨੇ ਇੱਕ ਘੰਟਾ ਅੰਦਰ ਰਿਹਾ। ਘੰਟਾ ਅੰਦਰ ਰਹਿਣ ਦੇ ਬਾਵਜੂਦ ਉਸਨੇ ਫਿਰ ਦੇਖਿਆ ਵੀ ਕੋਈ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ। ਉਹਨੇ ਉਹ ਦਰਵਾਜ਼ਾ ਖਿੱਚਿਆ। ਉਹ ਖਿੱਚਣ ਨਾਲ ਉਸ ਬੱਚੇ ਨੂੰ ਪਤਾ ਲੱਗ ਗਿਆ ਕਿ ਇਹ ਦਰਵਾਜ਼ਾ ਕਿਸੇ ਨੇ ਖਿੱਚਿਆ। ਉਹ ਤੁਰੰਤ ਉੱਠਿਆ, ਉਹਨੇ ਇਹਨਾਂ ਪਰਦਾ ਥੋੜ੍ਹੇ ਜਿਹੇ ਸਾਈਡ 'ਤੇ ਕੀਤਾ ਅਤੇ ਉਹ ਜਿਹੜਾ ਚੋਰ ਸੀਗਾ ਉਹ ਪੈਰਾਂ ਭਾਨੇ ਨੀਚੇ ਬੈਠਾ ਹੋਇਆ ਸੀਗਾ। ਉਹ ਨੀਚਾ ਬੈਠੇ ਹੋਣ ਕਰਕੇ ਬੱਚੇ ਨੇ ਆਪਣੇ ਪਿਤਾ ਜੀ ਨੂੰ ਔਰ ਮਾਤਾ ਜੀ ਨੂੰ ਦੱਸਿਆ ਵੀ ਸ਼ਾਂਤ ਰਹੀਓ, ਵੀ ਬਾਹਰ ਕੋਈ ਚੋਰ ਆ। ਚੋਰ ਹੋਣ ਦੇ ਬਾਅਦ ਉਹ ਬੱਚੇ ਨੇ ਇਹਨਾਂ ਦੀ ਮਿਸਰ ਨੂੰ ਦੱਸਿਆ। ਮਿਸਰ ਵਿਚਾਰੇ ਥੋੜ੍ਹਾ ਜਿਹਾ ਘਬਰਾ ਗਏ, ਡਰ ਗਏ। ਹਰ ਇੱਕ ਮਿਸਰ ਨੂੰ ਬੱਚੇ ਮਾਂ ਨੂੰ ਬੱਚੇ ਦਾ ਡਰ ਹੁੰਦਾ ਵੀ ਪਤਾ ਕਿੱਥੇ ਚਲ ਗਿਆ। ਉਹ ਫਿਰ ਚੋਰ ਜਿਲ੍ਹੇ ਦੇਖਿਆ ਉਹਨੇ, ਉਹ ਦੌੜ ਪਿਆ ਜੀ, ਦੌੜਦੇ ਬਾਹਰ ਨਿਕਲਿਆ, ਉਹ ਬੱਚਾ ਉਹਦੇ ਪਿੱਛੇ ਗਿਆ ਜੀ। ਠੀਕ, ਨੁਕਸਾਨ ਤਾਂ ਨਹੀਂ ਹੋਇਆ ਜੀ ਕੋਈ? ਸਰ ਜਿੱਦਾਂ ਦੱਸਦੇ ਵੀ ਨੁਕਸਾਨ ਨਹੀਂ, ਕੋਈ ਨੁਕਸਾਨ ਕੋਈ ਨਹੀਂ ਹੋਇਆ ਜੀ। ਬਾਅਦ 11 ਵਜੇ ਉਹਨੇ ਤਾਰਾਂ ਜਿਹੜੀ ਦੇਖਿਆ ਸੀ 11 ਵਜੇ ਆਉਂਦਾ ਆ, ਉਹ ਸਾਨੂੰ ਕੈਮਰੇ 'ਚ ਪਤਾ ਲੱਗਾ, ਉੱਦਾਂ ਨਹੀਂ ਪਤਾ ਲੱਗਾ। ਅਤੇ 12 ਵਜੇ ਸਾਡੇ ਕੋਲ ਆਇਆ, ਜਿਹੜੀ ਦੇਖਿਆ ਉੱਠੇ ਹਾਂ, ਬਾਹਰ ਨਿਕਲੇ ਹਾਂ, ਦੌੜਦਾ ਵੀ ਦੇਖਿਆ, ਚੋਵਲ ਨੂੰ ਦੌੜ ਗਿਆ ਉਹ। ਅਤੇ ਇਹਦੀ ਕੋਈ ਰਿਪੋਰਟ ਵਗੈਰਾ ਤੁਸੀਂ? ਨਹੀਂ, ਰਿਪੋਰਟ ਵਗੈਰਾ ਕੋਈ ਨਹੀਂ ਕੀਤੀ ਜੀ। ਉਹਦਾ PCR ਵਾਲੇ ਨੌਲੇਜ ਲਿਆਂਦਾ, ਸੱਦ ਕੇ ਦੱਸ ਦਿੱਤਾ ਉਹਨਾਂ ਨੂੰ, ਲਿਖਤੀ ਕੋਈ ਦਿੱਤੀ, PCR ਦੇਖ ਕੇ ਗਏ ਆ। ਤੁਸੀਂ ਦੱਸਿਆ ਵੀ ਉਹ ਫੋਟੋ ਜਿਹੜੀ ਹੈਗੀ ਆ, ਹਾਂਜੀ, ਪਛਾਣ ਵਿੱਚ ਆ ਰਿਹਾ ਕੋਈ? ਨਹੀਂ, ਪਛਾਣ ਵਿੱਚ ਨਹੀਂ ਆ ਰਿਹਾ ਜੀ। ਮੂੰਹ 'ਤੇ ਕੱਪੜਾ ਲਪੇਟੇ, ਹੱਥਾਂ 'ਚ ਦਸਤਾਨੇ ਪਏ ਹੋਏ ਆ, ਅਤੇ ਪਹਿਲਾਂ ਉਹ ਆਉਂਦਾ ਪਿਛਲੀ ਜਿਹੜੀ ਦੂਜੇ ਕੈਮਰੇ 'ਚ ਨਿਕਲਦੀ, ਉਹਦੇ ਵਿੱਚ ਉਹਦਾ ਮੂੰਹ ਦਿਸਦਾ ਪਰ ਪੂਰਾ ਕਲੀਅਰ ਨਹੀਂ ਦਿਸਦਾ, ਕੱਪੜਾ ਨਹੀਂ ਬੰਨਿਆ ਉਹਨੇ। ਅੱਜ ਸਵੇਰੇ ਮੈਨੂੰ ਸਾਡੇ ਮੇਰੇ ਨਾਲ ਕੌਂਸਲਰ ਸਾਥੀ ਮੇਰੇ ਰਹੇ ਆ, 2015 ਤੋਂ ਲੈ ਕੇ 2020 ਤੱਕ ਇਸ ਵਾਰਡ ਤੋਂ ਕੌਂਸਲਰ ਰਹੇ ਸਰਦਾਰ ਸਰਬਜੀਤ ਸਿੰਘ ਜੀ। ਸਵੇਰੇ ਇਹਨਾਂ ਦਾ ਮੈਨੂੰ ਫੋਨ ਆਇਆ, ਮੈਂ ਥੋੜ੍ਹਾ ਜਿਹਾ ਉਦੋਂ ਬਿਜ਼ੀ ਸੀ ਕੋਈ, ਇਹਨਾਂ ਨੇ ਮੈਨੂੰ CCTV ਕੈਮਰੇ ਦੀ ਫੁਟੇਜ ਵੀ ਭੇਜੀ, ਤਾਂ ਫਿਰ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਦਾਂ ਰਾਤੀ ਘਰ ਕੋਈ ਚੋਰ ਆ ਗਿਆ ਸੀ, ਦੀਵਾਰ ਟੱਪ ਕੇ, ਅਤੇ ਕੈਮਰੇ ਦੇ ਵਿੱਚ ਵੀ ਆ ਗਿਆ ਸੀ, ਬੱਚੇ ਨੇ ਇਹਨਾਂ ਦੇ ਬੇਟੇ ਨੇ ਦੇਖ ਵੀ ਲਿਆ, ਪਰ ਉਹ ਦੌੜ ਗਿਆ। ਪਰ ਮੈਂ ਤਾਂ ਇੱਕ ਗੱਲ ਬਹੁਤ ਮੈਨੂੰ ਹੈਰਾਨੀ ਨਾਲ ਕਹਿਣੀ ਪੈ ਰਹੀ ਆ ਕਿ ਆਪਾਂ ਜਿੰਨੀਆਂ ਵੀ ਸ਼ਹਿਰ 'ਚ ਚੋਰੀਆਂ ਹੋਈਆਂ, ਜਿੰਨੀਆਂ CCTV ਫੁਟੇਜ ਦੇ ਵਿੱਚ ਆਉਂਦੇ ਆ, ਲਗਭਗ ਇਦਾਂ ਦਾ ਹੀ ਚਿਹਰਾ, ਮੂੰਹ 'ਤੇ ਉਹਨੇ ਕੱਪੜਾ ਪਾਇਆ ਹੁੰਦਾ, ਪਤਲਾ ਜਿਹਾ ਮੁੰਡਾ, ਇਦਾਂ ਦਾ ਹੀ ਕੈਮਰੇ 'ਚ ਚਿਹਰਾ ਆਉਂਦਾ ਆ। ਮੈਂ ਤਾਂ ਇੱਕ ਪੁਲਿਸ ਅੱਗੇ, ਇੱਕ ਬੜਾ ਐਡਮਿਨਿਸਟ੍ਰੇਟਰ ਅੱਗੇ ਇੱਕ ਕੁਐਸਚਨ ਮਾਰਕ ਆ, ਬੜਾ ਸਵਾਲ ਆ ਕਿ ਆਪਾਂ ਇਹ ਬੰਦਾ ਕਿਉਂ ਨਹੀਂ ਫੜ ਰਹੇ, ਕਿਸ ਕਾਰਨ ਨਹੀਂ ਫੜ ਹੋ ਰਿਹਾ। ਐਡਮਿਨਿਸਟ੍ਰੇਟਰ ਉੱਦਾਂ ਐਡੇ ਐਡੇ ਵੱਡੇ ਦਾਅਵੇ ਕਰਦੀ ਆ, ਪਰ ਇਹ ਇੰਨੀਆਂ ਦੁਕਾਨਾਂ ਦੇ ਸ਼ਹਿਰ ਦੇ ਵਿੱਚ ਇੰਨੇ ਘਰਾਂ 'ਚ ਚੋਰੀਆਂ ਹੁੰਦੀਆਂ ਆ, ਕੋਈ ਇਹ ਕਿਉਂ ਨਹੀਂ ਫੜ ਹੋ ਰਿਹਾ, ਕੀ ਕਾਰਨ ਕੀ ਹੈ, ਇਹਦਾ ਰੀਜ਼ਨ ਤਾਂ ਦੱਸਣ। ਚਲੋ ਇਹ ਤਾਂ ਮੰਨ ਲਓ ਬੱਚਾ, ਇਹਨਾਂ ਦਾ ਬੇਟਾ ਕਮਰੇ 'ਚ ਸੁੱਤਾ ਸੀ, ਨਾ ਸੁੱਤਾ ਹੁੰਦਾ ਜਿੱਦਾਂ ਉਹਨੇ CCTV ਕੈਮਰੇ ਦੀ ਉਹਨੇ ਪਹਿਲਾਂ ਬਾਹਰੋਂ ਤਾਰ ਕੱਟ ਦਿੱਤੀ, ਤਾਰ ਕੱਟੀ ਜਾਂਦੀ, ਅੰਦਰ ਕੁਛ ਆਉਣਾ ਹੀ ਨਹੀਂ ਸੀ। ਹੋਰ ਜੇ ਅੱਧਾ ਘੰਟਾ ਹੋਰ ਲੱਗ ਜਾਂਦਾ, ਉਹ ਬੰਦੇ ਨੇ ਆਪਣਾ ਕੰਮ ਕਰਕੇ ਚੱਲ ਜਾਣਾ ਸੀ। ਮੇਰੀ ਤਾਂ ਨਿਮਰਤਾ ਸਹਿਤ ਹੱਥ ਜੋੜ ਕੇ, ਮਾਨਯੋਗ SSP ਸਾਹਿਬ ਅੱਗੇ, ਡਿਪਟੀ ਕਮਿਸ਼ਨਰ ਸਾਹਿਬ ਅੱਗੇ, ਪੂਰੇ ਜਿੰਨੇ ਵੀ ਸਾਡੇ SHO ਨੇ, ਜਿੰਨੇ ਵੀ ਥਾਣਿਆਂ 'ਚ ਲੱਗੇ ਹੋਏ, ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਇਹਦੀ ਪਛਾਣ ਜਿੱਥੇ ਵੀ ਕਿਤੇ ਆਉਂਦੀ ਆ ਤਾਂ ਇਹਨੂੰ ਕਾਬੂ ਕਰਕੇ ਇਹਨੂੰ ਪੂਰੀ ਤਰ੍ਹਾਂ ਇਹਦੇ ਉੱਤੇ ਸ਼ਿਕੰਜਾ ਕੱਸਿਆ ਜਾਵੇ, ਔਰ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਵਧੀਆ ਤਰ੍ਹਾਂ, ਕੋਈ ਬੰਦੇ ਨੇ ਅੱਜ ਤਾਂ ਚਲੋ ਘਰ ਨੇ, ਕਿਸੇ ਬੰਦੇ ਨੇ ਕਦੀ ਘਰ ਬੰਦ ਕਰਕੇ ਤਾਲਾ ਲਾ ਕੇ ਵੀ ਕਿਤੇ ਜਾਣਾ ਪੈਂਦਾ ਆ, ਇਹ ਤਾਂ ਬਹੁਤ ਇੱਕ ਮੰਦਭਾਗੀ ਗੱਲ ਆ। ਤਾਂ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰੂੰਗਾ, ਜਲਦੀ ਤੋਂ ਜਲਦੀ ਇਹ 'ਤੇ ਨਕੇਲ ਪਾਈ ਜਾਵੇ। ਇਹ ਜਿੱਦਾਂ ਦੇ ਹਾਦਸੇ ਹੋ ਰਹੇ ਆ, ਦਿਨ ਬ ਦਿਨ ਰੋਜ਼ ਇਹੀ ਕੰਮ ਹੋ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਦ ਸਟੈਂਡਰਡ ਜ਼ਿਲ੍ਹੇ ਹਰਪਾਲ ਲਾਟਾ ਦੇ ਨਾਲ ਕੈਮਰਾਮੈਨ ਜਤਿੰਦਰ ਪਿਸ ਦੀ ਰਿਪੋਰਟ।